ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਸੁੰਜਵਾਂ ਵਿੱਚ ਹੋਏ ਫੀਆਦੀਨ ਹਮਲੇ ਦੇ ਵਿਰੋਧ ਵਿੱਚ ਅੱਜ ਸ਼ਿਵ ਸੈਨਾ ਹਿੰਦ ਪੰਜਾਬ ਪ੍ਰਭਾਰੀ ਸੰਜੇ ਦੀ ਅਗਵਾਈ ਹੇਠ ਮਜੀਠਾ ਰੋਡ ਵਿਖੇ ਪਾਕਿਸਤਾਨ ਦਾ ਝੰਡਾ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਸੰਜੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਉਹਨਾਂ ਵੱਲੋਂ ਜੰਮੂ ਵਿੱਚ ਹੋਏ ਫੀਆਦੀਨ ਹਮਲੇ ਦੇ ਵਿਰੋਧ ਵਿੱਚ ਪਾਕਿਸਤਾਨ ਦਾ ਝੰਡਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਨਾਲ ਕੋਈ ਵੀ ਸਾਂਝ ਨਾ ਰੱਖੀ ਜਾਵੇ ਅਤੇ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਸ਼ਿਵ ਸੈਨਾ ਹਿੰਦੂ ਜੰਮੂ ਜਾ ਕੇ ਆਪਣੇ ਤੌਰ ਤੇ ਫੌਜੀਆਂ ਨਾਲ ਮਿਲ ਕੇ ਪਾਕਿਸਤਾਨ ਖਿਲਾਫ ਲੜਾਈ ਲੜੇਗੀ। ਮੈਂ ਸੰਜੇ ਕੁਮਰੀਆ, ਸ਼ਿਵ ਸੈਨਾ ਹਿੰਦਾ ਪੰਜਾਬ ਪ੍ਰਭਾਰੀ। ਜਿਹੜੀ ਪਾਕਿਸਤਾਨ ਨੇ ਨਪਾਕ ਹਰਕਤ ਕੀਤੀ ਹੈ ਫਿਦਾਇਨ ਹਮਲੇ ਦੁਆਰਾ, ਉਹਨਾਂ ਨੇ ਸਾਂਝ ਕੇਂਦਰ ਦੇ ਉੱਤੇ ਸੂਝਵਾਨ ਕੈਂਪ ਦੇ ਉੱਤੇ ਜੰਮੂ ਦੇ ਵਿੱਚ ਆਤੰਕਵਾਦੀ ਹਮਲਾ ਕੀਤਾ ਵਾ। ਉਸ ਵਿੱਚ ਸਾਡੇ ਫੌਜੀਆਂ ਦੇ ਪਰਿਵਾਰ ਦੇ ਬੰਦੇ ਮਰੇ ਹੈ। ਇਸ ਹਰਕਤ ਨੂੰ ਵੇਖਦੇ ਹੋਏ ਸ਼ਿਵ ਸੈਨਾ ਹਿੰਦ ਨੇ ਅੱਜ ਪਾਕਿਸਤਾਨ ਦਾ ਝੰਡਾ ਸਾੜਿਆ ਵਾ, ਔਰ ਅਸੀਂ ਕੇਂਦਰ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਇਹਨਾਂ ਪਾਕਿਸਤਾਨ ਨਾਲ ਵਪਾਰ ਸੰਬੰਧ ਤੋੜੇ ਜਾਣ ਔਰ ਸਾਡਾ ਉਹਨਾਂ ਦੇ ਨਾਲ ਕਿਸੇ ਚੀਜ਼ ਦਾ ਲੈਣ ਦੇਣ ਖਤਮ ਕੀਤਾ ਜਾਵੇ। ਅਗਰ ਸਰਕਾਰ ਇਹ ਚੀਜ਼ ਨਹੀਂ ਕਰਦੀ ਤਾਂ ਸ਼ਿਵ ਸੈਨਾ ਹਿੰਦ ਆਪਣੇ ਵੱਲੋਂ ਫੌਜ ਦੇ ਕੋਲ ਜਾਏਗੀ ਅਤੇ ਉਹਨਾਂ ਨਾਲ ਬਰਾਬਰ ਦੀ ਲੜਾਈ ਲੜੇਗੀ।